ਸਾਡੇ ਪਹਿਲੇ ਪਾਪਾ ਸੀ ਜੀ ਉਹ ਸਾਡੇ ਮਰ ਗਏ ਜੀ ਠੀਕ ਹੈ ਫਿਰ ਇਹ ਅੰਕਲ ਸੀ ਸਾਡੇ ਇਹ ਸਾਡੇ ਘਰ ਆਉਂਦੇ ਸੀ ਇਹਨਾਂ ਦਾ ਨਾਂ ਦੀਪਕ ਲਾੜਾ ਜੀ ਠੀਕ ਹੈ ਜੀ ਕਦੀ ਕਹਿੰਦੇ ਸੀ ਮੈਂ ਤੁਹਾਨੂੰ ਘਰ ਦਵਾਵਾਂਗਾ ਭਾਰ ਜਾਵਾਂਗਾ ਜੀ ਠੀਕ ਹੈ ਜੀ ਸਾਨੂੰ ਜੁੱਠੇ ਲਾ ਰਹੇ ਲਾਈ ਗਏ 13 ਸਾਲ ਹੋ ਗਏ ਜੀ ਠੀਕ ਹੈ ਜੀ 13 ਸਾਲ ਕਰਵਾਇਆ ਸੀ ਉਹਨਾਂ ਨੇ ਨਾ ਜੀ ਮਤਲਬ ਬਿਨਾਂ ਵਿਆਹ ਤੋਂ ਰਹਿੰਦੇ ਆ ਰਹੇ ਸੀਗੇ ਹਾਂਜੀ ਸਨ 12 ਸੀ ਇਹਨਾਂ ਦੇ ਨਾਲ ਰਹਿ ਰਹੀ ਸੀ ਸੁਖਦੀਪ ਸਿੰਘ ਦੇ ਨਾਲ ਆਪਣਾ ਕਿਰਾਏ ਤੇ ਰਹਿੰਦੀ ਸੀ ਜੀ 1 ਸਾਲ ਜਦੋਂ ਹੀ ਮੈਨੂੰ ਲੈ ਕੇ ਆਏ ਨੇ ਇਹਨਾਂ ਦੇ ਵੀ ਮੰਦਰ ਮੱਥਾ ਟਿਕਵਾ ਕੇ ਲੈ ਕੇ ਆਏ ਸੀ ਆਪਣੇ ਘਰ ਦੇ ਵਿੱਚ ਇਹ ਕਹਿੰਦੇ ਇਹਦੇ ਘਰ ਦੇ ਕਹਿੰਦੇ ਆ ਤੇਰੀ ਦੂਜੀ ਮੈਰਿਜ ਕਰਾਵਾਂਗੇ ਤੂੰ ਇਹਨੂੰ ਛੱਡ ਦੇ ਕੀ ਨਾ ਬਹੁਤ ਜ਼ਿਆਦਾ ਗਲਤ ਬੋਲਣ ਲੱਗਿਆ ਮੈਨੂੰ ਵਾਰਿਸ ਚਾਹੀਦਾ ਮੈਨੂੰ ਇਹ ਹੈ ਮੈਨੂੰ ਉਹ ਹੈ ਮੈਂ ਤੈਨੂੰ ਚੋਰੀ ਰੱਖਾਂਗਾ ਇਹ ਕਰਾਂਗਾ ਉਹ ਕਰਾਂਗਾ ਸਰ ਬਹੁਤ ਗਲਤ ਬੋਲਿਆ ਮੇਰੇ ਨਾਲ ਕੀ ਨਾਮ ਹੈ ਤੁਹਾਡਾ ਅਨੁਰਾਗ ਜੀ ਤੇ ਜਿਨ੍ਹਾਂ ਨੇ ਜ਼ਹਿਰ ਕਰਦੀ ਹੈ ਕੀ ਲੱਗਦੇ ਨੇ ਤੁਹਾਡੇ ਮਾਮਾ ਜੀ ਕਾਰਨ ਕੀ ਸੀਗਾ ਕਿਉਂ ਖਾਈ ਗਈ ਹੈ ਜ਼ਹਿਰ ਜੀ ਜਿਹੜੇ ਸਾਡੇ ਪਹਿਲੇ ਪਾਪਾ ਸੀ ਜੀ ਉਹ ਸਾਡੇ ਮਰ ਗਏ ਜੀ ਠੀਕ ਹੈ ਫਿਰ ਇਹ ਅੰਕਲ ਸੀ ਸਾਡੇ ਇਹ ਸਾਡੇ ਘਰ ਆਉਂਦੇ ਸੀ ਇਹਨਾਂ ਦਾ ਨਾਂ ਦੀਪਕ ਲਾੜਾ ਜੀ ਠੀਕ ਹੈ ਜੀ ਕਦੀ ਕਹਿੰਦੇ ਸੀ ਮੈਂ ਤੁਹਾਨੂੰ ਘਰ ਦਵਾਵਾਂਗਾ ਭਾਰ ਜਾਵਾਂਗਾ ਜੀ ਠੀਕ ਹੈ ਜੀ ਸਾਨੂੰ ਜੁੱਠੇ ਲਾ ਰਹੇ ਲਾਈ ਗਏ 13 ਸਾਲ ਹੋ ਗਏ ਜੀ ਠੀਕ ਹੈ ਜੀ 13 ਸਾਲ ਹੋ ਗਏ ਫਿਰ ਜੁੱਠੇ ਲਾ ਰਹੇ ਲਾ ਕੇ ਜੀ ਇੱਕ ਵਾਰੀ ਸਾਡਾ ਰਿਸ਼ ਕਲੋਨੀ ਜਾਂਦੇ ਹਾਂ ਅਸੀਂ ਠੀਕ ਹੈ ਜੀ ਫਿਰ ਚੱਲ ਗਏ ਸੀ ਕਿੰਨਾ ਸਮਾਂ ਹੋ ਚੁੱਕਿਆ ਜਿਹੜਾ ਉਹ ਸ਼ਖਸ ਜਿਸਦਾ ਨਾਮ ਦਿੱਤਾ ਤੁਸੀਂ ਦੀਪਕ ਲਾੜ ਉਹ ਆਉਂਦਾ ਤੁਹਾਡੇ ਘਰ 13 ਸਾਲ ਹੋ ਗਏ ਜੀ 13 ਸਾਲ ਹੋ ਚੁੱਕੇ ਹਾਂਜੀ ਵਿਆਹ ਵੀ ਕਰਵਾਇਆ ਸੀ ਉਹਨਾਂ ਨੇ ਨਾ ਜੀ ਮਤਲਬ ਬਿਨਾਂ ਵਿਆਹ ਤੋਂ ਰਹਿੰਦੇ ਆ ਰਹੇ ਸੀਗੇ ਹਾਂਜੀ ਕਹਿੰਦੇ ਕੀ ਸੀਗੇ ਕਿ ਕਹਿੰਦੇ ਸੀਗੇ ਕਿ ਬਾਹਰ ਲੈ ਕੇ ਜਾਵਾਂਗਾ ਜਾਂ ਵਿਆਹ ਕਰਵਾਵਾਂਗਾ ਜਾਂ ਤੁਹਾਨੂੰ ਇੱਥੇ ਘੁਮਾਵਾਂਗਾ ਕੀ ਕਹਿੰਦੇ ਕੀ ਸੀਗੇ ਕਹਿੰਦੇ ਮੈਂ ਭਾਰ ਲੈ ਕੇ ਜਾਵਾਂਗੇ ਤੁਸੀਂ ਨੂੰ ਮੈਂ ਘਰ ਦਵਾਵਾਂਗਾ ਉਹ ਮੈਂ ਤੁਹਾਡੇ ਨਾਲ ਰਹਿਵਾਂਗਾ ਅੱਛਾ ਮਤਲਬ ਇਹ ਕਹਿੰਦੇ ਸੀਗੇ ਕਿ ਬਾਹਰ ਲੈ ਕੇ ਜਾਵਾਂਗਾ ਹਾਂਜੀ ਸਮਾਂ 13 ਸਾਲ ਹੋ ਚੁੱਕੇ ਨੇ ਹਾਂਜੀ ਤੇ ਅੱਜ ਜਦੋਂ ਜ਼ਹਿਰ ਖਾਧੀ ਹੈ ਤੁਹਾਡੀ ਮੰਮੀ ਨੇ ਹਾਂਜੀ ਉਸ ਸਮੇਂ ਤੁਸੀਂ ਘਰੇ ਹੈਗੇ ਸੀਗੇ ਨਾ ਜੀ ਕਿੱਥੇ ਸੀਗੇ ਮੈਂ ਰੋਟੀ ਲੈਣੇ ਗਿਆ ਸੀ ਪਰਿਵਾਰ ਦੇ ਵਿੱਚੋਂ ਕੌਣ ਹੈ ਹੋਰ ਬਸ ਮੇਰਾ ਭਾਈ ਹੈ ਵੱਡਾ ਕਿ ਛੋਟਾ ਵੱਡਾ ਹੈ ਤੁਸੀਂ ਕੀ ਕਰਦੇ ਹੋ ਮੈਂ ਹੀ ਪੜ੍ਹਦਾ ਹਾਂ ਕਿਹੜੀ ਕਲਾਸ 5th ਤੇ ਹੁਣ ਹਾਲਤ ਕਿਸ ਤਰ੍ਹਾਂ ਦੀ ਹੈ ਮੰਮੀ ਦੀ ਤੁਹਾਡੀ ਹਾਲਤ ਖਰਾਬ ਹੈ ਜੀ ਮੰਮੀ ਦੀ ਬਹੁਤ ਹੈ ਬਸ ਸਾਨੂੰ ਇਹ ਸਾਫ ਚਾਹੀਦਾ ਜੀ ਨਾ ਸਾਡੀ ਸਵਾਈ ਹੋ ਰਹੀ ਥਾਣੇ ਵਿੱਚ 3 ਮਹੀਨੇ ਹੋ ਗਏ ਥਾਣੇ ਬੁਲਾਈ ਜਾ ਰਹੇ ਸਾਨੂੰ ਕੁਛ ਨਹੀਂ ਇੱਕ ਬੱਬੂ ਹੈ ਜੀ ਉਹ ਕਦੀ ਮੰਮੀ ਨੂੰ ਗਾਲਾਂ ਕੱਢਦਾ ਜੀ ਠੀਕ ਹੈ ਜੀ ਉਹ ਹੈ ਜੀ ਅੱਜ ਜ਼ਹਿਰ ਖਾਣ ਦਾ ਕਾਰਨ ਕੀ ਸਮਝਦੇ ਹੋ ਕਿ ਜਿਹੜੀ ਮੰਮੀ ਨੇ ਜ਼ਹਿਰ ਖਾਧੀ ਹੈ ਹਾਂਜੀ ਕਿ ਉਸੇ ਕਾਰਨ ਕਰਕੇ ਖਾਧੀ ਹੈ ਕਿ ਉਹ ਝਾਸਾ ਦਿੰਦਾ ਸੀਗਾ ਲਿਜਾਣ ਦਾ ਜਾਂ ਕੋਈ ਹੋਰ ਕਾਰਨ ਸੀਗਾ ਆਹੀ ਕਾਰਨ ਸੀ ਜੀ ਇਹੀ ਕਾਰਨ ਹਾਂਜੀ ਤੇ ਹੁਣ ਕੀ ਮੰਗ ਕਰੋਗੇ ਪ੍ਰਸ਼ਾਸਨ ਤੇ ਸਰਕਾਰ ਤੋਂ ਸਾਨੂੰ ਬਸ ਸਾਫ ਚਾਹੀਦਾ ਜੀ ਹਾਂ ਮੇਰੀ ਮੰਮੀ ਨਾਲ ਮੈਨੂੰ ਜੀ ਅਜੇ ਸਜ਼ਾ ਹੋਵੇ ਜੀ ਠੀਕ ਹੈ ਜੀ ਸਾਡੇ ਨਾਲ ਰਹਿਵੇ ਇਹ ਸਜ਼ਾ ਹੋਵੇ ਹਾਂਜੀ ਹਾਂਜੀ ਕੀ ਨਾਮ ਸਰ ਮੈਂ ਨਾ ਪੂਜਾ ਕੀ ਕਾਰਨ ਲਈ ਰਹਿ ਰਹੀ ਸਰ ਸਨ 12 ਸੀ ਇਹਨਾਂ ਦੇ ਨਾਲ ਰਹਿ ਰਹੀ ਸੀ ਸੁਖਦੀਪ ਸਿੰਘ ਦੇ ਨਾਲ ਆਪਣਾ ਕਿਰਾਏ ਤੇ ਰਹਿੰਦੀ ਸੀ ਜੀ 1 ਸਾਲ ਜਦੋਂ ਹੀ ਮੈਨੂੰ ਲੈ ਕੇ ਆਏ ਨੇ ਇਹਨਾਂ ਦੇ ਵੀ ਮੰਦਰ ਮੱਥਾ ਟਿਕਵਾ ਕੇ ਲੈ ਕੇ ਆਏ ਸੀ ਆਪਣੇ ਘਰ ਦੇ ਵਿੱਚ 1 ਸਾਲ ਇਹਨਾਂ ਦੇ ਘਰ ਰਹੀ ਮੈਂ ਸ਼ੇਰਾ ਪੰਜਾਬ ਮਾਰਕੀਟ ਉਹਦੇ ਬਾਅਦ ਜੀ ਇਹਨਾਂ ਦੇ ਘਰ ਦੀਆਂ ਨੇ ਬੇਦਖਲ ਕਰਕੇ ਘਰ ਨਿਕਾਲਤਾ 12 ਸਾਲ ਹੋ ਗਏ ਸਰ ਮੈਨੂੰ ਬਾਹਰ ਰਹਿੰਦੇ ਵੇ ਕਿਰਾਏ ਪਈ ਕਦੀ ਕੋਲ ਕਦੀ ਕਿਸੇ ਜਗ੍ਹਾ ਕਦੀ ਕਿਸੇ ਜਗ੍ਹਾ ਹੁਣ 28 ਫਰਵਰੀ ਸੀ ਮਾਰ ਕੁਟਾਈ ਮੇਰਾ ਪਹਿਲੇ ਹੱਥ ਤੋੜਾ ਇਹਨਾਂ ਨੇ 10 ਮਾਰਚ ਨੂੰ ਅਤੇ ਥੋੜ੍ਹੇ ਦਿਨਾਂ ਬਾਅਦ ਮੇਰੇ ਸਿਰ 'ਤੇ ਮਾਰੇ ਕੋਈ ਚੀਜ਼ ਟਾਂਗ ਕੇ ਆਏ ਸਰ ਸਰ ਕਹਿੰਦੇ ਇਹਦੇ ਘਰ ਦੇ ਕਹਿੰਦੇ ਆ ਤੇਰੀ ਦੂਜੀ ਮੈਰਿਜ ਕਰਾਵਾਂਗੇ ਤੂੰ ਇਹਨੂੰ ਛੱਡ ਦੇ ਕੀ ਨਾਮ ਹੈ ਉਹਦਾ ਸੁਖਦੀਪ ਸਿੰਘ ਕਿੰਨੇ ਸਾਲ ਤੋਂ ਰਹਿ ਰਹੇ ਸਰ ਮੈਨੂੰ 12 ਸਾਲ ਹੋ ਗਏ 13 ਸਾਲ ਲੱਗ ਗਿਆ ਕਿਹੜੀ ਜਗ੍ਹਾ ਰਹਿ ਰਹੇ ਸਰ ਹੁਣ ਤਾਂ ਮੈਂ ਹੀਰਾਬਾਗ ਰਹਿ ਰਹੀ ਹਾਂ ਪਹਿਲੇ ਬਿਸ਼ਨ ਨਗਰ ਰਹਿ ਰਹੀ ਸੀ ਕੀ ਮੰਗ ਸਰ ਬਸ ਮੰਗ ਇਹ ਕਰਦਾ ਜੀ ਉਹ ਕਹਿੰਦਾ ਮੈਨੇ ਦੂਜੀ ਮੈਰਿਜ ਕਰਾਉਣੀ ਹੈ ਇਹਨੂੰ ਛੱਡ ਦਾਂਗਾ ਮਾਰਦਾ ਬਹੁਤ ਹੈ ਮੈਂ 4 ਮਹੀਨੇ ਹੋ ਗਏ ਮੈਨੂੰ ਐਪਲੀਕੇਸ਼ਨ DIG SSP ਸਭ ਨੂੰ ਦੇ ਚੁੱਕੀ ਹਾਂ ਮੇਰਾ ਕੋਈ ਕਾਰਵਾਈ ਨਹੀਂ ਕੀ ਗਈ ਕੱਲ੍ਹ ਮੈਨੂੰ ਥਾਣੇ ਬੁਲਾਇਆ ਗਿਆ ਉੱਥੇ SHO ਸਾਹਿਬ ਨੇ ਤਾਂ ਮੇਰੀ ਹੱਕ ਦੀ ਗੱਲ ਕਰੀ ਸੀ ਮਗਰ ਜਿਹੜਾ ਉੱਪਰ ਲੈ ਕੇ ਗਏ ਆ ਉੱਥੇ ਮੈਨੂੰ ਗਲਤ ਕਮੈਂਟ ਕਰਨ ਲੱਗੇ ਬਹੁਤ ਜ਼ਿਆਦਾ ਗਲਤ ਬੋਲਣ ਲੱਗਿਆ ਮੈਨੂੰ ਵਾਰਿਸ ਚਾਹੀਦਾ ਮੈਨੂੰ ਇਹ ਹੈ ਮੈਨੂੰ ਉਹ ਹੈ ਮੈਂ ਤੈਨੂੰ ਚੋਰੀ ਰੱਖਾਂਗਾ ਇਹ ਕਰਾਂਗਾ ਉਹ ਕਰਾਂਗਾ ਸਰ ਬਹੁਤ ਗਲਤ ਬੋਲਿਆ ਮੇਰੇ ਨਾਲ ਸਰ ਮੈਂ ਇਹੀ ਮੰਗ ਰਹੀ ਹਾਂ ਕਿ ਕਾਨੂੰਨ ਕਾਰਵਾਈ ਕੀ ਜਾਏ ਇਹਦੇ ਵੀ ਕਰ ਸਕੇ ਸਰ ਜੀ ਬਹੁਤ ਜ਼ਿਆਦਾ ਦੁਖੀ ਕੀਤਾ ਵਾ ਸਰ ਮੈਨੂੰ ਮੈਂ ਰੋਟੀ ਸੇ ਵੀ ਮੁਥਾਜ ਹੈ ਇਸ ਟਾਈਮ ਸਰ ਮੈਂ ਨਾ ਕੋਈ ਪੈਸਾ ਹੈ ਮੇਰੇ ਕੋਲ ਇਸ ਟਾਈਮ ਨਾ ਕੁਛ ਹੈ
मैं बहुत दुखी करके रखा वा, मेरी कार्रवाई सख्त से सख्त करी जाए सर जी। सर कल एक पूजा नाम की लेडीज़ का मामला आया जिन्हें जहर खाधी है, उस बारे की पुलिस की कार्रवाई करी है? पूजा वाइफ ऑफ दीपक लाल कल हॉस्पिटल से एडमिट हुई सी, इस पता लग्या सी उन्हें कोई पॉइजनस चीज़ ली है, तो जिस से साढ़े अज ड्यूटी अफसर मिस्टर जसविंदर सिंह गए थे, बट डॉक्टर्स ने उन्होंने अनफिट करा दिता। हरे जो उन्होंने फिटनेस होगी एज पर जो उन्होंने स्टेटमेंट होगी वो मुताबिक पुलिस कार्रवाई अमल च लिया जाएगी। मेहनत मेरी रहमत खुदा दी, मुसलमानी रूहानी अते काले इलम दे माहिर मौलाना अब्दुल जी, संपर्क करो 76967-96275। चमत्कार हुंदे देखो अपनी अखां सामने, 100% गारंटी नाल पाओ हर परेशानी दा हल। पति पत्नी च झगड़ा, सौतन दुश्मन तो छुटकारा, तलाक केस, विदेश च पक्का होना, जादू टूणे अते कीते किराए दा खात्मा, गुप्त वशीकरण करवाओ, मन चाह प्रेमी प्रेमिका अपने वस विच करो, लाटरी नंबर पाओ 649 होवे चार लोटो मैक्स। प्यार च धोखा खा चुके प्रेमी प्रेमिका एक बार जरूर संपर्क करो, मैं तुहाड़ा प्यार टूटन नहीं देवांगा। संपर्क करो मौलाना अब्दुल जी 76967-96275।